ਇਕ ਮਹਿਲਾ ਆਪਣੇ ਤੋਂ ਛੋਟੀ ਉਮਰ ਦੇ ਲੜਕੇ ਦੇ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਬਹੁਤ ਸਾਰੇ ਯੂਜ਼ਰ ਅਜਿਹੀ ਨੇ ਜੋ ਕਿ ਇਹਨਾਂ ਦੋਹਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਜੀਹਾਂ ਜਾਣਕਾਰੀ ਦੇ ਦਿੰਦੇ ਆ ਕਿ ਇਹ ਕੋਈ ਗਰਲਫ੍ਰੈਂਡ ਬॉयਫ੍ਰੈਂਡ ਨਹੀਂ ਸਗੋ ਮਾਂ ਤੇ ਬੇਟਾ ਹੈ ਇਹ ਮਾਂ ਜੋ ਹੈ ਆਪਣੇ ਬੇਟੇ ਦੇ ਨਾਲ ਰੋਮਾਂਟਿਕ ਸੌਂਗਸ ਤੇ ਐਕਟ ਕਰਦੀ ਹੋਈ ਨਜ਼ਰ ਆ ਰਹੀ ਹੈ ਕੋਜੀ ਹੋ ਰਹੇ ਨੇ ਰੋਮਾਂਸ ਚੱਲ ਰਿਹਾ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਜ਼ਾ ਜਹੀ ਨੇ ਜਿਨ੍ਹਾਂ ਦੇ ਵੱਲੋਂ ਬਾਈਕਟ ਦੀ ਮੰਗ ਕੀਤੀ ਗਈ ਹੈ ਇਹਨਾਂ ਦੇ ਚੈਨਲ ਨੂੰ ਬੈਨ ਕਰਨ ਦੀ ਮੰਗ ਕਰ ਦਿੱਤੀ ਗਈ ਹੈ ਇਹ ਮਾਂ ਤੇ ਬੇਟਾ ਆਏ ਦਿਨ ਹੀ ਬਹੁਤ ਸਾਰੀਆਂ ਅਸ਼ਲੀਲ ਵੀਡੀਓਜ਼ ਜੋ ਨੇ ਪੋਸਟ ਕਰ ਰਹੇ ਨੇ ਹਾਲਾਂਕਿ ਜੋ ਮਦਰ ਹੈ ਉਸ ਦੇ ਮੁਤਾਬਿਕ ਉਸ ਦੀ ਮਾਂ ਹੈ ਅਜਿਹਾ ਕੁਝ ਨਹੀਂ ਹੈ ਅਜਿਹਾ ਬਿਆਨ ਦਿੰਦੀ ਹੋਈ ਨਜ਼ਰ ਆ ਰਹੀ ਹੈ ਬਟ ਆਏ ਦਿਨ ਹੀ ਇਹਨਾਂ ਦੀਆਂ ਵੀਡੀਓਜ਼ ਜੋ ਨੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕ ਕਾਫੀ ਜ਼ਿਆਦਾ ਪੜਕੇ ਹੋਏ ਨੇ ਉਹਨਾਂ ਦੇ ਵੱਲੋਂ ਗੰਦੇ ਤੋਂ ਗੰਦੇ ਕਮੈਂਟ ਇਹਨਾਂ ਦੀ ਵੀਡੀਓ ਦੇ ਨੀਚੇ ਦਿੱਤੇ ਜਾ ਰਹੇ ਨੇ ਕਿਉਂਕਿ ਮਾਂ ਤੇ ਬੇਟੇ ਦੇ ਵਿੱਤ ਰਿਸ਼ਤੇ ਨੂੰ ਤਾਲ-ਤਾਲ ਕਰਦੀਆਂ ਹੋਈਆਂ ਇਹ ਵੀਡੀਓਜ਼ ਨੇ ਜੋ ਕਿ ਇਸ ਵਕਤ ਸਕਰੀਨ ਤੇ ਲਗਾਤਾਰ ਚੱਲ ਰਹੀਆਂ ਨੇ ਮਾਂ ਨੇ ਸ਼ਾਰਟਸ ਪਹਿਨੇ ਹੋਏ ਨੇ ਤੇ ਉਹਨਾਂ ਦਾ ਬੇਟਾ ਜੋ ਹੈ ਆਪਣੀ ਮਾਂ ਨੂੰ ਗਲਤ ਤਰੀਕੇ ਦੇ ਨਾਲ ਟੱਚ ਕਰਦਾ ਹੋਇਆ ਵਿਖਾਈ ਦੇ ਰਿਹਾ ਹੁਣ ਤੁਸੀਂ ਡਿਸਾਈਡ ਕਰਨਾ ਹੈ ਕਿ ਇਹੋ ਜਿਹੀਆਂ ਵੀਡੀਓਜ਼ ਮਾਂ ਤੇ ਬੇਟੇ ਦੇ ਲਈ ਕਿੰਨੀਆਂ ਕੁ ਜ਼ਿਆਦਾ ਸਹੀ ਹੈ ਜਾਂ ਗਲਤ ਹੈ ਬਣਾਉਣਾ ਤੁਸੀਂ ਆਪਣੀ ਕੀਮਤੀ رائے ਕਮੈਂਟ ਸੈਕਸ਼ਨ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ